ਸਤਿ ਸ਼੍ਰੀ ਅਕਾਲ ਜੀ, ਵੈਲਕਮ ਕਰਦਾ ਜੀ ਤੁਹਾਡਾ ਮੈਂ ਆਪਣੇ ਯੂਟਿਊਬ ਚੈਨਲ ਦੇ ਉੱਤੇ। ਅਤੇ ਅੱਜ ਆਪਾਂ ਤੁਹਾਨੂੰ ਨਾ ਇੱਕ ਜਾਣਕਾਰੀ ਦੇਣੀ ਆ, ਇਨਫੋਰਮੇਸ਼ਨ, ਜਿਹੜੇ ਕਸਟਮਰ ਸਾਡੇ ਕੋਲੋਂ ਸੂਟ ਸਟਿੱਚ ਕਰਾਉਣਾ ਚਾਹੁੰਦੇ ਆ ਜਾਂ ਜਿਹੜੇ ਕਸਟਮਰ ਆਪਣਾ ਡਿਜ਼ਾਇਨ ਦੇ ਕੇ ਰੈਡੀ ਕਰਾਉਣਾ ਚਾਹੁੰਦੇ ਆ, ਅਤੇ ਜਾਂ ਕੁਝ ਸੂਟ ਜਿਹੜੇ ਸਾਡੇ ਆਪਣੇ ਆ ਘਰ ਜਿੱਦਾਂ ਪਾਉਣ ਵਾਲੇ ਜਿਹੜੇ ਰੈਡੀ ਹੋਏ ਆ, ਅਤੇ ਜਿਹੜੇ ਸਾਡੀ ਫੈਮਿਲੀ ਵੀਅਰ ਕਰਦੀ ਆ, ਉਹ ਚੀਜ਼ਾਂ ਕਿੱਦਾਂ ਤਿਆਰ ਹੁੰਦੀਆਂ, ਕੋਟਨ ਦੇ ਸੂਟ ਕਿਵੇਂ ਤਿਆਰ ਹੁੰਦੇ ਆ, ਉਹਨੂੰ ਕਿੱਦਾਂ ਲੈਸ ਲਾ ਕੇ ਜਾਂ ਉਹਨੂੰ ਕਿੱਦਾਂ ਡਿਜ਼ਾਇਨ ਕਰਾ ਸਕਦੇ ਹਾਂ ਆਪਾਂ, ਇੱਕ ਸਿੰਪਲ ਜਿਹੇ ਸੂਟ ਨੂੰ ਜਿਹੜੀ ਹੈ ਨਾ ਆਪਾਂ 2000-2500 ਵਾਲੀ ਘੈਂਟ ਲੁੱਕ ਦੇ ਸਕਦੇ ਹਾਂ, ਕਿੱਦਾਂ ਦੇ ਸਕਦੇ ਹਾਂ, ਆ ਜਾਓ ਤੁਹਾਨੂੰ ਮੈਂ ਦਿਖਾਉਂਦਾ। ਜਿੱਦਾਂ ਹੁਣ ਸਾਡੇ ਕੋਲ ਇਹ ਸੂਟ ਆ ਕੋਟਨ ਦਾ, ਇਹ ਹੈਗਾ ਸੀਗਾ ਆਪਣੇ ਕੋਲ 550 ਰੁਪਈਆਂ ਦਾ ਸੂਟ ਸੀਗਾ, ਜਿਹੜਾ ਬਿਨਾਂ ਦੁਪੱਟੇ ਤੋਂ ਸੀਗਾ, ਅਤੇ ਇਹ ਤੁਸੀਂ ਵੇਖ ਸਕਦੇ ਜੇ ਵੇਖੋ, ਇਹਦੇ ਜਿੱਦਾਂ ਲੈਸ ਲਾ ਕੇ ਸਾਰਾ ਇਹਨੂੰ ਡਿਜ਼ਾਇਨ ਤਿਆਰ ਕਰਾਇਆ ਇਹਦਾ, ਅਤੇ ਆਹ ਇਹਦੀਆਂ ਬਾਹਾਂ ਆ, ਬਾਹਾਂ ਦੇ ਉੱਪਰ ਵੀ ਸੇਮ ਇੱਦਾਂ ਹੀ ਜਿਹੜੀ ਆ ਲੈਸ ਵਰਕ ਕਰਾਇਆ, ਬਾਕੀ ਨੈੱਕ ਤੁਸੀਂ ਜਿੱਦਾਂ ਮਰਜ਼ੀ ਡਿਜ਼ਾਇਨ ਕਰਾ ਸਕਦੇ ਜੀ ਇਹਨਾਂ ਦੀ, ਠੀਕ ਆ ਜੀ। ਅਤੇ ਇਹ ਇਹਦੇ ਤੁਸੀਂ ਵੇਖ ਸਕਦੇ ਜੇ ਆਹ ਵੇਖੋ, ਇਹ ਬਣ ਗਿਆ ਕੋਡ ਸੈੱਟ ਦੇ ਪੂਰਾ ਸਟਾਈਲ ਜਿਹੜਾ ਨਾ ਇਹਦਾ ਕੋਡ ਸੈੱਟ ਵਾਲਾ ਹੋ ਜਾਂਦਾ ਆ, ਠੀਕ ਆ। ਅਤੇ ਇਹਨੂੰ ਤੁਸੀਂ ਥੱਲੇ ਵੀ ਵੇਖੋ ਲੈਸ ਲੂਸ ਲਗਾ ਸਕਦੇ ਜੇ, ਜਿੱਦਾਂ ਮਰਜ਼ੀ ਤਿਆਰ ਕਰ ਸਕਦੇ ਜੇ, ਇਹ ਇਸ ਟਾਈਮ 'ਤੇ ਰੈਡੀ ਹੋਇਆ ਸੂਟ ਆਪਣਾ ਬਿਨਾਂ ਦੁਪੱਟੇ ਤੋਂ। ਅਤੇ ਇਹਦੀ ਜਿਹੜੀ ਸਟਿਚਿੰਗ ਆ ਉਹ ਡਿਜ਼ਾਇਨ ਦੇ ਅਕੋਰਡਿੰਗ ਹੁੰਦੀ, ਜੇ ਸਿੰਪਲ ਸੂਟ ਦੀ ਸਟਿਚਿੰਗ ਜਿਹੜੀ ਆ ਉਹ ਹੈਗੀ 300 ਰੁਪਈਆ ਸਿਰਫ, ਅਤੇ ਬਾਕੀ ਡਿਜ਼ਾਇਨ ਕਿੱਦਾਂ ਦਾ ਤੁਸੀਂ ਤਿਆਰ ਕਰਾਉਣਾ ਕਿਵੇਂ ਦਾ ਉਹ ਆਈਡੀਆ ਅਸੀਂ ਤੁਹਾਨੂੰ ਦੇ ਦਾਂਗੇ, ਅਸੀਂ ਟੇਲਰ ਦਾ ਨੰਬਰ ਦੇ ਦਾਂਗੇ, ਕਵਲ ਦਾ ਨੰਬਰ ਦੇ ਦਾਂਗੇ, ਡਾਇਰੈਕਟ ਤੁਸੀਂ ਉਹਦੇ ਨਾਲ ਗੱਲ ਕਰਕੇ ਅਤੇ ਤੁਸੀਂ ਡਿਜ਼ਾਇਨ ਜਿਹੜਾ ਜੇ ਉਹਨੂੰ ਦੱਸ ਸਕਦੇ ਜੇ, ਆਪਣੇ ਤਰੀਕੇ ਨਾਲ ਰੈਡੀ ਕਰਵਾ ਸਕਦੇ ਜੇ, ਠੀਕ ਆ ਜੀ। ਇਹ ਸੂਟ ਜਿਹੜੇ ਤੁਹਾਨੂੰ ਮੈਂ ਅੱਜ ਦਿਖਾਉਣ ਲੱਗਾ ਨਾ, ਇਹ ਸਾਰੇ ਸਾਡੀ ਮੈਡਮ ਦੇ ਰੈਡੀ ਹੋਏ ਆ, ਉਹ ਪਿੱਛੇ ਖੜੀ ਆ ਮੈਡਮ ਸਾਡੀ, ਨਾਲ ਦੀ ਨਾਲ ਵੇਖਣ ਵੀ ਡਈ ਆ ਵੀ ਸੂਟ ਮੇਰੇ ਵਿਖਾਈ ਜਾਂਦਾ ਅੱਜ, ਵਿਖਾਉਣ ਇਸ ਕਰਕੇ ਤੁਹਾਨੂੰ ਡਏ ਆ ਕਿ ਹੁਣ ਆਖੋ ਕੋਟਨ ਦੇ ਆਪਣੇ ਕੋਲ ਸੂਟ ਕਿੰਨੇ ਆਏ ਆ। ਆਖੋ ਇਹ ਸਾਰੇ ਜਿਹੜੇ ਨਾ ਮੈਂ ਤੁਹਾਨੂੰ ਦਿਖਾਊਂਗਾ, ਸਾਰੀ ਇਹਨਾਂ ਦੀ ਵੀਡੀਓ ਜਿਹੜੀ ਮੈਂ ਪਾ ਦਿੱਤੀ ਆਲਰੇਡੀ, ਆਹ ਵੇਖਿਓ ਭਾਅ ਜੀ, ਚੈੱਕ ਕਰਾਇਓ ਇੱਕ ਵਾਰੀ ਕੋਟਨ, ਆਹ ਵੇਖੋ ਆਹ ਸਾਰੇ ਸੂਟ ਜਿਹੜੇ ਨਾ ਕੋਟਨ ਦੇ ਨੇ, ਆਹ ਵੇਖੋ ਜਿੰਨੇ ਵੀ ਆ। ਇਹ ਕਸਟਮਰ ਨਾ ਕਨਫਿਊਜ਼ਨ ਹੋ ਜਾਂਦੀ ਹੈ ਕਿ ਬਿਨਾਂ ਦੁਪੱਟੇ ਤੋਂ ਪਤਾ ਨਹੀਂ ਇਹ ਕਿੱਦਾਂ ਰੈਡੀ ਹੁੰਦੇ ਆ ਜਾਂ ਕੀ ਬਣਦਾ ਇਹਨਾਂ ਦਾ, ਆਹ ਵੇਖੋ ਇਹ ਸਾਰੇ ਪ੍ਰਿੰਟ ਸੂਟ ਨੇ, ਅਤੇ ਇਹੀ ਪ੍ਰਿੰਟ ਆਹ ਵਾਲਾ ਜਿਹੜਾ ਤਿਆਰ ਹੋਇਆ ਸੂਟ ਆਪਣਾ ਇਹੀ ਸੇਮ ਹੈ। ਅਤੇ ਹੋਰ ਵੀ ਤੁਹਾਨੂੰ ਮੈਂ ਦਿਖਾ ਦਿੰਦਾ, ਆਹ ਮੈਂ ਥੋੜ੍ਹਾ ਜਿਹਾ ਕਾਊਂਟਰ ਕਰਦਾ ਫਰੀ ਇੱਧਰੋਂ, ਅਤੇ ਮੈਨੂੰ ਇੱਕ ਅੱਧਾ ਸੂਟ ਹੋਰ ਫੜਾ ਦੇ ਘੈਂਟ ਜਿਹਾ, ਮੈਂ ਦਿਖਾ ਦਾਂ ਜਿਹੜੀ ਆਹ ਦਈ ਸੂਟ ਇੱਕ ਮਿੰਟ, ਉਹ ਪਫ ਵਰਕ ਵਾਲਾ। ਹਾਂ ਇਹਦੇ ਵਿੱਚ ਵੀ ਆਪਣੇ ਕੋਲ ਬੜੇ ਸੂਟ ਜਿਹੜੇ ਜੇ ਰੈਡੀ ਹੋ ਕੇ ਆਏ ਸੀ ਜੇ, ਅਤੇ ਹੋਰ ਵੀ ਜਿਹੜੇ ਆ ਜਾਣਗੇ ਕੋਈ ਚੱਕਰ ਨਹੀਂ ਗਾ ਇਹਨਾਂ ਦਾ ਵੀ। ਆਹ ਲਓ ਆਹ ਵੇਖੋ, ਆਹ ਵੀ ਸੂਟ ਜਿਹੜਾ ਜੇ ਇਹ ਵੀ ਆਪਣਾ ਰੈਡੀ ਹੋਇਆ ਜੇ, ਇਹ ਸਾਰਾ ਘੇਰਾ ਜਿਹੜਾ ਜਿਹਦਾ ਪਫ ਵਰਕ ਦਾ ਹੀ ਜੇ, ਵੇਖੋ ਸਾਰਾ ਡਿਜ਼ਾਇਨ ਇਹਦਾ ਤੁਸੀਂ ਜਿਹੜਾ ਤਿਆਰ ਕਰਾ ਸਕਦੇ ਜੇ। ਪ੍ਰਿੰਟ ਸੂਟ ਆ ਵੇਖੋ ਇਹਦੇ, ਆਹ ਬਾਹਾਂ ਦਾ ਸਟਾਈਲ ਜਿਹੜਾ, ਬਾਹਾਂ ਦੇ ਉੱਤੇ ਲੈਸ ਵਗੈਰਾ ਤੁਸੀਂ ਜਿੱਦਾਂ ਦੀ ਮਰਜ਼ੀ ਲਵਾ ਲਓ। ਇਹੋ ਸੂਟ ਨੂੰ ਕਿੰਨੇ ਦਾ ਸੂਟ ਸੀਗਾ ਆਪਣੇ ਕੋਲ, ਇਹ ਸੀਗਾ ਆਲ ਓਵਰ ਸੂਟ ਸੀ ਜੇ, ਦੁਪੱਟੇ ਦੇ ਨਾਲ ਆਪਣੇ ਕੋਲ ਹੈਗਾ ਸੀ 1050 ਰੁਪਈਆਂ ਦਾ ਸਿਰਫ, ਕਿੰਨੇ ਦਾ ਸੀ 1050 ਰੁਪਈਆਂ ਦਾ। ਬਾਕੀ ਤੁਸੀਂ ਸਟਿਚਿੰਗ ਤੇ ਰੈਡੀ ਕਰਵਾ ਲਓ। ਅਤੇ ਅੱਜ ਨਾ ਅੱਜ ਜਿਹੜੀ ਵੀਡੀਓ ਆਪਾਂ ਜਿਹੜੇ ਵਲੌਗ ਹੈ ਨਾ, ਇਹ ਆਪਾਂ ਦੂਜਾ ਵਲੌਗ ਕੋਈ ਨਹੀਂ ਪਾਉਣ ਲੱਗਿਆ, ਅੱਜ ਸਿਰਫ ਤੁਹਾਨੂੰ ਆਪਾਂ ਨਾ ਇੱਕ ਐਸਟੀਮੇਟ ਅਤੇ ਆਈਡੀਆ ਹੀ ਦੇਣੇ ਆ ਬਸ, ਕਿ ਇਹ ਸੂਟ ਤੁਸੀਂ ਕਿੱਦਾਂ ਤਿਆਰ ਕਰਾ ਸਕਦੇ ਜੇ। ਅਤੇ ਇਹ ਜਿਹੜੇ ਸਾਰੇ ਤੁਸੀਂ ਵੇਖ ਸਕਦੇ ਜੇ, ਇਹ ਹੈਗੇ ਆਪਣੇ ਕੋਲ ਪਫ ਵਰਕ ਦੇ ਸੂਟ, ਇਹਦੇ ਨਾਲ ਦੁਪੱਟੇ ਵੀ ਹੈਗੇ ਆ, ਦੁਪੱਟਾ ਤੁਸੀਂ ਇਹਦਾ ਦੁਪੱਟਾ ਸੀਗਾ ਜਿਹੜਾ ਕੁੱਟਣ ਹੋ ਰਹੀ ਆ ਇਹਦਾ, ਆਹ ਪਿਆ ਆਹ ਲਓ ਆਹ ਵੇਖੋ ਟਾਈ ਐਂਡ, ਇਹ ਹੈਗਾ ਦੁਪੱਟਾ ਆਲ ਓਵਰ, ਇਹਦੇ 'ਚ ਆਪਣੇ ਕੋਲ ਜਿਹੜੇ ਸੂਟ ਆ ਉਹਨਾਂ ਦੇ ਨਾਲ ਹੈਗੇ ਦੁਪੱਟੇ ਟਾਈ ਐਂਡ ਆਈ ਦੇ, ਅਤੇ ਤੁਸੀਂ ਇਹਦੇ ਉੱਤੇ ਲੈਸ ਲਵਾ ਸਕਦੇ ਜੇ ਘੈਂਟ ਜੀ, ਆਖੋ ਜਿੱਦਾਂ ਦੀ ਮਰਜ਼ੀ, ਜਿੱਦਾਂ ਇਹ ਸੂਟ ਦੇ ਵਿੱਚ ਪ੍ਰਿੰਟ ਸੀਗਾ, ਆਖੋ ਮਲਟੀ ਇਹਦੇ ਨਾਲ ਲੱਗੀ ਲੈਸ। ਅਤੇ ਇਹ ਇੱਕ ਤੁਹਾਨੂੰ ਨਾ ਆਈਡੀਏ ਜਿੱਦਾਂ ਕਹਿ ਲਓ ਕਿ ਇੱਕ ਤਰ੍ਹਾਂ ਦੇ ਹਿੰਟ ਤੁਹਾਨੂੰ ਦੇਈ ਜਾਣੇ ਆਪਾਂ ਕਿ ਇਹ ਸੂਟ ਜਿਹੜੇ ਆ ਇਹ ਕਿੱਦਾਂ ਤੁਸੀਂ ਰੈਡੀ ਕਰ ਸਕਦੇ ਜੇ। ਅਤੇ ਇਹ ਸਾਡੇ ਕੋਲ ਇੱਕ ਮੁੰਡਾ ਵੀ ਦੇ ਦੇ ਸੂਟ, ਆ ਕੋਈ ਦੇ ਦੇ, ਆਹ ਵੇਖੋ ਇਹ ਵੀ ਆ ਗਿਆ ਪ੍ਰਿੰਟ ਦਾ ਪ੍ਰਿੰਟ ਸੂਟ, ਇਹ ਵੀ ਆ ਜਿਹੜਾ ਪੂਰਾ ਤੁਸੀਂ ਜਿੱਦਾਂ ਮਰਜ਼ੀ ਡਿਜ਼ਾਇਨ ਕੋਈ ਵੀ ਕਰਾ ਸਕਦੇ ਜੇ ਤੁਸੀਂ। ਇਹ ਵੀ ਸਾਰਾ ਵੇਖੋ ਪਫ ਦਾ ਸੀਗਾ ਸੂਟ, ਸਾਰਾ ਪਫ ਵਰਕ। ਅਤੇ ਇਹ ਵੀ ਜਿਹੜਾ ਤੁਹਾਨੂੰ ਸੂਟ ਜੇ, ਇਹ ਵੀ ਸੇਮ ਉਸ ਇਹੋ ਰੇਟ ਸੀਗਾ 1050 ਰੁਪਈਏ, ਕੋਟਨ ਦੇ ਸੂਟ ਜੇ ਸਾਰੇ ਹੀ ਇਹ, ਇਹਦੇ ਨਾਲ ਵੀ ਦੁਪੱਟਾ ਜਿਹੜਾ ਹੈਗਾ ਉਹ ਵੀ ਤੁਸੀਂ ਕੋਟਾ ਡੋਰੀਆ ਦਾ ਡਬਲ ਡਾਈ ਦਾ ਆਉਣਾ ਸੀਗਾ, ਉਹ ਵੀ ਤੁਸੀਂ ਕਰਾ ਸਕਦੇ ਜੇ ਤਿਆਰ। ਆਹ ਵੇਖੋ ਜਿੱਦਾਂ ਇਹਨੂੰ ਆਪ ਬਾਅਦ ਵਿੱਚ ਡਿਜ਼ਾਇਨ ਕਰਾਇਆ, ਬਾਹਾਂ ਦੇ ਉੱਪਰ ਵੱਖਰਾ ਪੱਟੀ ਲਵਾਈ ਇਹਦੇ। ਅਤੇ ਇੱਕ ਤੁਹਾਨੂੰ ਹੋਰ ਦਿਖਾਉਂਦਾ ਮੈਂ ਕੋਡ ਸੈੱਟ, ਜਿਹੜੇ ਹੁਣ ਬੜੇ ਪਿਛਲੀ ਵਾਰੀ ਵੀ ਚੱਲੇ ਆ ਅਤੇ ਹੁਣ ਵੀ ਡਿਮਾਂਡ 'ਚ ਬਹੁਤ ਜ਼ਿਆਦਾ, ਅਤੇ ਇੱਕ ਮਿੰਟ ਉਹ ਵੀ ਦਿਖਾ ਦਿਓ ਕੋਡ ਸੈੱਟ। ਆਹ ਲਓ ਇਹ ਸੀਗੇ ਬੋਟਮ ਵਰਕ ਦੇ ਉੱਤੇ, ਅਤੇ ਅੱਜ ਇਹਦੇ ਨਾਲ ਦੇ ਸੂਟ ਆਪਣੇ ਕੋਲ ਬੋਟਮ ਵਰਕ ਦੁਪੱਟੇ ਨਾਲ ਆਏ, ਉਹ ਵੀ ਤੁਹਾਨੂੰ ਦਿਖਾਊਂਗਾ। ਇਹ ਹੈਗਾ ਸੀ ਬਿਨਾਂ ਦੁਪੱਟੇ ਤੋਂ ਆਪਣੇ ਕੋਲ, ਅਤੇ ਆਹ ਹੈਗਾ ਕੋਡ ਸੈੱਟ।
ਆ ਜਿਹੜੇ ਸੂਟ ਹੈ ਨਾ ਇਹਨਾਂ ਦੇ ਵੀ ਤੁਸੀਂ ਕੋਟ ਸੈੱਟ ਬਣਾ ਸਕਦੇ ਜੇ ਆ ਸੂਟਾਂ ਦੇ ਵੀ ਆ ਸੂਟ ਜਿਹੜੇ ਨੇ ਆ ਵੇਖੋ ਇਹਨਾਂ ਦੇ ਵੀ ਤੁਸੀਂ ਕੋਟ ਸੈੱਟ ਜਿਹੜੇ ਜੇ ਇਸ ਸੂਟ ਵਾਂਗੂ ਬਣਾ ਸਕਦੇ ਜੇ ਇਹਦੇ ਨਾਲ ਜਿਹੜੀ ਕਿ ਇਹ ਕਿ ਬੋਟਮ ਜਿਹੜੀ ਸੀਗੀ ਉਹ ਹੈਗੀ ਸੀ ਕਢਾਈ ਵਾਲੀ ਠੀਕ ਆ ਜੀ ਇਹਦੇ ਨਾਲ ਹੈਗੀਆਂ ਪਲੇਨ ਬੋਟਮ ਅਤੇ ਆ ਵੇਖੋ ਇਹ ਵੀ ਤੁਸੀਂ ਪੂਰਾ ਡਿਜ਼ਾਇਨਰ ਜਿਹੜਾ ਜੇ ਰੈਡੀ ਕਰਵਾ ਸਕਦੇ ਜੇ ਥੱਲੇ ਲੈਸ ਲੂਸ ਫਿਲਿੰਗ ਕਰਾ ਕੇ ਬਾਹਾਂ ਦੇ ਉੱਪਰ ਕਰਾ ਕੇ ਆਪਣਾ ਚਾਹੇ ਇਹਦੇ ਵਿੱਚ ਤੁਸੀਂ ਸੈਂਟਰ 'ਚ ਜਿੱਦਾਂ ਮਰਜ਼ੀ ਕਰਾ ਸਕਦੇ ਜੇ ਇਹ ਸਿਰਫ ਜਸਟ ਤੁਹਾਨੂੰ ਆਪਾਂ ਆਈਡੀਏ ਦੇਣ ਡਏ ਹਾਂ ਸੂਟਾਂ ਦੇ ਅੱਜ ਕਿ ਸੂਟ ਜਿਹੜੇ ਕਿਵੇਂ ਰੈਡੀ ਹੁੰਦੇ ਇਹ ਹੈਗਾ ਸੀ ਬਿਨਾਂ ਦੁਪੱਟੇ ਤੋਂ ਸੂਟ ਸੀਗਾ ਆਪਣੇ ਕੋਲ ਬੋਟਮ ਵਰਕ ਦੇ ਨਾਲ ਆਪਣੇ ਕੋਲ ਸੂਟ ਪਏ ਨੇ ਥੱਲੇ ਉਹ ਇੱਕ ਮਿੰਟ ਥੱਲੇ ਕੈਮਰਾ ਕਰੀ ਉੱਧਰ ਨੂੰ ਆ ਵੇਖੋ ਇਹ ਆਹ ਸਾਰੇ ਜਿਹੜੇ ਆ ਵੇਖੋ ਇਹ ਹੈਗੇ ਦੁਪੱਟਿਆਂ ਵਾਲੇ ਇਹਨਾਂ ਦੇ ਹੈਗੀ ਬੋਟਮ ਦੇ ਉੱਤੇ ਵਰਕ ਇਸ ਸੂਟ ਨੂੰ ਤੁਸੀਂ ਇੱਦਾਂ ਇਹਦੇ ਵਾਂਗੂ ਬਣਾ ਸਕਦੇ ਜੇ ਜੇ ਨਹੀਂ ਬਣਾਉਣਾ ਤਾਂ ਸਿੰਪਲ ਸਟਿਚ ਕਰਾ ਸਕਦੇ ਜੇ ਇਹਨਾਂ ਨੂੰ ਆ ਲਓ ਆ ਜੇ ਇਹਦੀ ਸ਼ਰਟ ਆ ਹੈਗੀ ਜੇ ਬੋਟਮ ਬੋਟਮ ਦੇ ਉੱਤੇ ਵਰਕ ਠੀਕ ਆ ਜੀ ਅਤੇ ਇਹ ਹੀ ਬਿਨਾਂ ਦੁਪੱਟੇ ਤੋਂ ਸੂਟ ਆਪਣੇ ਕੋਲ ਹੁਣ ਇਹਨਾਂ ਦੇ ਨਾਲ ਆ ਕੇ ਦੁਪੱਟੇ ਇਸ ਟਾਈਮ ਦੇ ਉੱਤੇ ਆ ਵੇਖੋ ਦੁਪੱਟਾ ਵੀ ਸੇਮ ਮੈਚਿੰਗ ਆ ਲਓ ਕਰ ਲਓ ਚੈੱਕ ਅਤੇ ਆਹ ਕੋਟ ਸੈੱਟ ਬਣਾ ਲਓ ਚਾਹੇ ਤੁਸੀਂ ਇਹਦਾ ਅਤੇ ਚਾਹੇ ਤੁਸੀਂ ਪੂਰਾ ਸੂਟ ਬਣਾ ਲਓ ਡਿਜ਼ਾਇਨ ਜਿਹੜਾ ਜੇ ਘੈਂਟ ਜਿੱਦਾਂ ਦੇ ਕਹੋਗੇ ਆਪਾਂ ਤੁਹਾਨੂੰ ਤਿਆਰ ਕਰਾ ਦਾਂਗੇ ਸਟਿਚਿੰਗ ਜਿਹੜੀ ਜੋ ਡਿਜ਼ਾਇਨ ਦੇ ਅਕੋਰਡਿੰਗ ਹੋਊਗੀ ਜੇ ਸਿੰਪਲ ਬਣਾਓਗੇ ਤੁਸੀਂ ਉਹਦੀ 300 ਰੁਪਈਆ ਸ਼ਿਪਿੰਗ ਸਟਿਚਿੰਗ ਜੇ ਅਤੇ ਬਾਕੀ ਹੋਰ ਤੁਹਾਨੂੰ ਦਿਖਾਉਣਾ ਇੱਕ ਆ ਵੀ ਕੋਟ ਸੈੱਟ ਬਣਿਆ ਹੈਗਾ ਸੂਟ ਦਾ ਕੋਟ ਸੈੱਟ ਕਿ ਫਰੋਕ ਹੀ ਕੀ ਹੈ ਹਾਂ ਇਹ ਹੀ ਫਰੋਕ ਆ ਇਹ ਅੱਜ ਹੀ ਕੱਢੇ ਆ ਥੋੜ੍ਹੇ ਪ੍ਰੈਸ ਪ੍ਰੁੱਸ ਹੋਣ ਵਾਲੇ ਕੋਈ ਗੱਲ ਨਹੀਂ ਟੈਨਸ਼ਨ ਨਾ ਲਿਓ ਅਗਲੀ ਵਾਰੀ ਕਰਕੇ ਬਣਾਵਾਂਗੇ ਆ ਲਓ ਜੀ ਇਹ ਹੈਗੀ ਫਰੋਕ ਇਹਨੂੰ ਕਿਹੜੀ ਕਿਤੇ ਏ ਸ਼ੇਪ ਆ ਲਓ ਜੀ ਏ ਸ਼ੇਪ ਫਰੋਕ ਆ ਜੇ ਸੋਹਣੀ ਜੀ ਫਰੋਕ ਤੇ ਆ ਜੇ ਇਹਦੇ ਲੈਸ ਬਾਹਾਂ ਦੇ ਉੱਪਰ ਵੇਖੋ ਇੰਨਾ ਵਾਈਟ ਬਾਟਮ ਵਾਈਟ ਬਾਟਮ ਇਹਦੇ ਨਾਲ ਆ ਕੁੜ ਦਿਖਾਈ ਆਹੋ ਆ ਵੀ ਲੈਸ ਜਿਹੜੀ ਆ ਇਹ ਸਾਰੀ ਜਿਹੜੀ ਆ ਬਾਅਦ ਵਿੱਚ ਲਵਾਈ ਸਾਰਾ ਆ ਵੀ ਸਾਰੀ ਜਿਹੜੀ ਆ ਲੈਸ ਇਹ ਵੀ ਸਾਰੀ ਜਿਹੜੀ ਫਿਲਿੰਗ ਆ ਆਪ ਕਰਵਾਈ ਬਾਅਦ ਜੇ ਡਿਜ਼ਾਈਨ ਇਹਨੂੰ ਪੂਰਾ ਡਿਜ਼ਾਈਨਰ ਕਰਾਇਆ ਇਹ ਪ੍ਰਿੰਟ ਕਿਹੜੇ ਆ ਇਹੀ ਪ੍ਰਿੰਟ ਨੇ ਆ ਵੇਖੋ ਆ ਜਿਹੜੇ ਵੱਡੇ ਵੱਡੇ ਪ੍ਰਿੰਟਾਂ ਵਾਲੇ ਫੁੱਲਾਂ ਵਾਲੇ ਜਿਹੜੇ ਸੂਟ ਨੇ ਉਹੀ ਨੇ ਸਾਰੇ ਸਿਰਫ ਇਹ ਆ ਕਿ ਇਹ ਸਟਿਚ ਹੋ ਕੇ ਜਦੋਂ ਆਉਂਦੇ ਆ ਨਾ ਫਿਰ ਪਤਾ ਲੱਗਦਾ ਕਿ ਇਹ ਕੀ ਚੀਜ਼ਾਂ ਬਣਦੀਆਂ ਆ ਵੇਖੋ ਆਹ ਬੋਟਮ ਹੈ ਇਹਨਾਂ ਦੇ ਨਾਲ ਇਹ ਸੂਟ ਦੇ ਨਾਲ ਵਾਈਟ ਬੋਟਮ ਹੈਗੀ ਠੀਕ ਆ ਆਹ ਹੋ ਗਿਆ ਸੋਹਣਾ ਜਿਹਾ ਪ੍ਰਿੰਟ ਅਤੇ ਸੋਹਣੀ ਜਿਹੀ ਬੋਟਮ ਇਹਦੇ ਨਾਲ ਇੱਕ ਹੋਰ ਪ੍ਰਿੰਟ ਬੜਾ ਘੈਂਟ ਇਹਦੇ ਵਿੱਚ ਆ ਵੇਖੋ ਆਹ ਸੂਟ ਦਾ ਵੀ ਤੁਸੀਂ ਸੇਮ ਇਹੋ ਸਟਾਈਲ ਬਣਾ ਸਕਦੇ ਜੇ ਇਹਦੇ ਨਾਲ ਬੋਟਮ ਕਿਹੜੀ ਇਹੀ ਬੋਟਮ ਮਿਕਸ ਹੋ ਗਈ ਹੁਣ ਹਾਂ ਜੀ ਆ ਜੀ ਮੈਨੂੰ ਲੱਗਦਾ ਆ ਉਹ ਇਹਦੀ ਹਾਂ ਇਹਦੀ ਜੀ ਹਾਂ ਇਹਦੀ ਆ ਕੈਟ ਨਾਲ ਦੀ ਚਲ ਕੋਈ ਨਹੀਂ ਬਾਅਦ 'ਚ ਦੇ ਦਾਂਗੇ ਬੋਟਮ ਇਹਦੀ ਕੋਈ ਗੱਲ ਨਹੀਂ ਬੋਟਮ ਤਾਂ ਦੇ ਦਾਂਗੇ ਟੈਨਸ਼ਨ ਨਾ ਲਓ ਬੋਟਮ ਮਿਕਸ ਹੋ ਗਈਆਂ ਵਿੱਚ ਹੁਣ ਅਤੇ ਇਹ ਸੂਟ ਜਿਹੜੇ ਆ ਕੋਟਨ ਦੇ ਤੁਸੀਂ ਇੱਦਾਂ ਤਿਆਰ ਕਰਾ ਸਕਦੇ ਜੇ ਡਿਜ਼ਾਈਨ ਘੈਂਟ ਘੈਂਟ ਹੋਣਗੇ ਸੂਟ ਸੋਹਣੇ ਸੋਹਣੇ ਜਿੱਦਾਂ ਦੇ ਮਰਜ਼ੀ ਤਿਆਰ ਕਰਾ ਲਓ ਸਟਿਚ ਕਰਵਾ ਦਾਂਗੇ ਤੁਹਾਨੂੰ ਸਟਿਚਿੰਗ ਦੀ ਕੋਈ ਪ੍ਰੋਬਲਮ ਨਹੀਂ ਜੇ ਅਤੇ ਇੱਕ ਰਿਕੁਐਸਟ ਹੈਗੀ ਜੇ ਜਿਹੜੇ ਵੀ ਕਸਟਮਰ ਨੇ ਸਟਿਚ ਕਰਾਉਣੇ ਨਾ ਸੂਟ ਸੂਟ ਦੀ ਪੇਮੈਂਟ ਅਤੇ ਸਟਿਚਿੰਗ ਜਿਹੜੀ ਜੇ ਸਟਾਈਲ ਦੱਸ ਦਿਓ ਆਪਾਂ ਤੁਹਾਨੂੰ ਦੱਸ ਦਾਂਗੇ ਕਿੰਨੀ ਉਹਦੀ ਐਡਵਾਂਸ ਅਸੀਂ ਸਾਰੀ ਲੈਂਦੇ ਜੇ ਆਪਾਂ ਇਹ ਨਹੀਂ ਕਿ ਤੁਸੀਂ ਅੱਧੀ ਪੇਮੈਂਟ ਕਰ ਦਿਓ ਤਾਂ ਆਪਾਂ ਸਟਿਚ ਕਰ ਦਈਏ ਮੇਰੇ ਕੋਲ ਕਾਊਂਟਰ 'ਚ ਅਜੇ ਵੀ 8-10 ਸੂਟ ਪਿਛਲੇ ਸਾਲ ਦੇ ਪਏ ਕਸਟਮਰ ਦੇ ਕਿਸੇ ਦਾ 200 ਰੁਪਈਆ ਆਉਣ ਵਾਲਾ ਕਿਸੇ ਦਾ 300 ਰੁਪਈਆ ਆਉਣ ਵਾਲਾ ਕਿਸੇ ਦਾ 500 ਆਉਣ ਵਾਲਾ ਇੱਦਾਂ ਹੀ ਆ ਉਹ ਨਾ ਉਹਨਾਂ ਪੈਸੇ ਪਾਏ ਨਾ ਹੀ ਸੂਟ ਭੇਜੇ ਅਸੀਂ ਤਾਂ ਕਹਿੰਦੇ ਹਾਂ ਕਿ ਪੇਮੈਂਟ ਪਹਿਲਾਂ ਪਾਓ ਅਤੇ ਸੂਟ ਲੈ ਜਾਓ ਆ ਵੀ ਦੱਸਿਓ ਤੁਹਾਨੂੰ ਆ ਵੇਖੋ ਆ ਵੀ ਜਿਹੜੇ ਸੂਟ ਸੀਗੇ ਵੀਡੀਓ ਤੁਸੀਂ ਵੇਖੀ ਹੋਣੀ ਆ 850 ਦੀ ਰੇਂਜ ਦਾ ਸੂਟ ਸੀਗਾ ਸਿਰਫ 850 ਰੁਪਈਆਂ ਦਾ ਅਤੇ ਇਹਦੀ ਲੁੱਕ ਵੇਖਿਓ ਸੂਟ ਦੀ ਘੈਂਟ ਆ ਪੂਰੀ ਆ ਲਓ ਆ ਵੀ ਬਾਹਾਂ ਜਿਹੜੀਆਂ ਇਹਦੀਆਂ ਡਿਜ਼ਾਇਨ ਜਿਹੜਾ ਜੇ ਆਪ ਸਾਰਾ ਤਿਆਰ ਕਰਵਾਇਆ ਇਹ ਜਿੱਦਾਂ ਦਾ ਮਰਜ਼ੀ ਡਿਜ਼ਾਇਨ ਤੁਸੀਂ ਕਰਵਾ ਸਕਦੇ ਜੇ ਇਹਦਾ ਵੀ ਇਹਦਾ ਦੁਪੱਟਾ ਵੀ ਦਿਓ ਬੋਟਮ ਦੇ ਦਿਓ ਮੁੰਡੇ ਆਹੋ ਇਹਦੀ ਬੋਟਮ 'ਤੇ ਵੀ ਆਪਾਂ ਇੱਦਾਂ ਹੀ ਤਿਆਰ ਕਰਾ ਸਕਦੇ ਹਾਂ ਇਹਨੂੰ ਆਹੋ ਇਹ ਪੌਂਚਿਆਂ ਦੇ ਉੱਤੇ ਵੀ ਤੁਸੀਂ ਲਵਾ ਸਕਦੇ ਜੇ ਅਤੇ ਆਹ ਸੀਗੇ ਦੁਪੱਟਿਆਂ ਵਾਲੇ ਸੂਟ ਜੇ ਤੁਹਾਨੂੰ ਪਿਛਲੀਆਂ ਵੀਡੀਓ ਤੁਸੀਂ ਵੇਖੀਆਂ ਹੋਣਗੀਆਂ ਤਾਂ ਤੁਹਾਨੂੰ ਆਈਡੀਆ ਲੱਗ ਜੂਗਾ ਆਹ ਲਓ ਕਿ ਇਹ ਸੂਟ ਕਿਹੜੇ ਨੇ ਠੀਕ ਆ ਜੀ ਜਦੋਂ ਅਸੀਂ ਵੀਡੀਓ ਪਾਉਂਦੇ ਹਾਂ ਨਾ ਉਦੋਂ ਸੂਟ ਦਾ ਕਈ ਵਾਰੀ ਆਈਡੀਆ ਨਹੀਂ ਲੱਗਦਾ ਵੀ ਰੈਡੀ ਕਿੱਦਾਂ ਦਾ ਹੋਣਾ ਤਾਂ ਕਰਕੇ ਤੁਹਾਨੂੰ ਅੱਜ ਆਪਾਂ ਆਈਡੀਏ ਦਿੱਤੇ ਸੂਟਾਂ ਦੇ ਕਿ ਸੂਟ ਰੈਡੀ ਕਿੱਦਾਂ ਹੋ ਜਾਂਦੇ ਆ ਅਤੇ ਇਹਨਾਂ ਦੀ ਲੁੱਕ ਜਿਹੜੀ ਆ ਉਹ ਤੁਹਾਡੇ 'ਤੇ ਹੋਰ ਜਿਹੜੀ ਆ ਚਾਰ ਚੰਨ ਲਾ ਦਿੰਦੀ ਆ ਘੈਂਟ ਜਿਹੇ ਸੂਟ ਨੇ ਸਾਡੇ ਸੂਟ ਜਿਹੜੇ ਆ ਨਾ ਸਸਤੇ ਜ਼ਰੂਰ ਹੁੰਦੇ ਆ ਪਰ ਸੋਬਰ ਹੁੰਦੇ ਆ ਇਹ ਗੱਲ ਦੀ ਗਰੰਟੀ ਆ ਸਾਡੀ
ਇਹਦੇ ਵਿੱਚ ਹੋਰ ਵੀ ਆਪਾਂ ਤੁਹਾਨੂੰ ਆਈਡੀਆ ਜੇ ਲੈਣੇ ਹੋਣਗੇ ਤੁਸੀਂ ਆਪਾਂ ਤੁਹਾਨੂੰ ਆਈਡੀਆ ਹੋਰ ਵੀ ਦੱਸ ਦੇਵਾਂਗੇ ਅਤੇ ਹੋਰ ਸੂਟਾਂ ਦੀਆਂ ਵੀਡੀਓ ਤੁਹਾਨੂੰ ਦਿਖਾਵਾਂਗੇ ਜਿਹੜੇ ਜਿਹੜੇ ਆਪਣੇ ਕੋਲ ਆਉਂਦੇ ਜਿੱਦਾਂ ਤੁਹਾਨੂੰ ਮੈਂ ਦਿਖਾਉਣ ਡਿਆ ਸੂਟ ਆਹ ਵੇਖੋ ਕਿ ਕਿੰਨਾ ਸੋਹਣਾ ਅਤੇ ਕਿੰਨਾ ਘੈਂਟ ਲੁੱਕ ਦੇ ਵਿੱਚ ਬਣਿਆ ਸੂਟ ਸਿੰਪਲ ਅਤੇ ਸੋਬਰ ਆਲ ਓਵਰ ਪ੍ਰਿੰਟ ਸੀਗਾ ਇਹਦੀ ਆਲ ਓਵਰ ਪੂਰਾ ਆਲ ਓਵਰ ਸੂਟ ਸੀਗਾ ਇਹ ਅਤੇ ਇਹਦੀ ਲੁੱਕ ਜਿਹੜੀ ਆ ਵੇਖੋ ਕਿੰਨੀ ਸੋਹਣੀ ਦੇ ਦਿੱਤੀ ਆ ਸਟਿਚਿੰਗ ਕਿੱਡੀ ਵਧੀਆ ਹੋਈ ਇਹਦੀ ਅਤੇ ਇਹਦੇ ਸਟਾਈਲ ਸਟੂਲ ਸਾਰਾ ਕੁਝ ਤੁਸੀਂ ਵੇਖ ਲਿਆ ਠੀਕ ਆ ਜੀ ਅਤੇ ਹੋਰ ਆਪਣੇ ਕੋਲ ਸੂਟ ਜਿਹੜੇ ਆ ਇਹ ਹੀ ਜੇ ਕੋਟਨ ਦਾ ਸੂਟ ਕਢਾਈਆਂ ਵਾਲੇ ਇਹ ਵੀ ਆਪਾਂ ਦੇਵਾਂਗੇ ਤੁਹਾਨੂੰ ਪਰ ਇਹ ਹੁਣ ਇਸ ਟਾਈਮ ਹੈ ਨਹੀਂ ਜੇ ਆਹ ਵੀ ਜਿਹੜੀ ਜੇ ਲੈਸ ਇਹਦੇ ਵਿੱਚ ਥੱਲੇ ਵੱਖਰੀ ਐਡ ਕਰਾਈ ਇੱਥੋਂ ਤੱਕ ਸੂਟ ਸੀਗੀ ਕਢਾਈ ਇਹਦੀ ਅਤੇ ਇਹਨਾਂ 'ਚ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਜੇ ਆਉਂਦੀ ਕਿਉਂਕਿ ਨੈੱਕ ਦਾ ਡਿਜ਼ਾਇਨ ਨਹੀਂ ਹੈਗਾ ਕੋਈ ਵੀ ਇਹਨਾਂ ਦੇ ਅਤੇ ਆਹ ਵੀ ਬੋਟਮ ਦੇ ਉੱਤੇ ਜਿਹੜੀ ਲੈਸ ਜੇ ਆਪ ਲਵਾਈ ਬਾਅਦ ਵਿੱਚ ਇਹ ਆਲ ਓਵਰ ਸੂਟ ਸੀ ਜੇ ਸਾਰਾ ਨੈੱਕ ਦੇ ਉੱਪਰ ਵੀ ਡਿਜ਼ਾਇਨ ਕਰਾਈ ਇਹਦੇ ਨੈੱਕ 'ਤੇ ਵੀ ਆਪਣੀ ਡਿਜ਼ਾਇਨਿੰਗ ਹੋਈ ਆ ਜਿੱਦਾਂ ਦੀਆਂ ਮਰਜ਼ੀ ਤੁਸੀਂ ਡਿਜ਼ਾਇਨਿੰਗਾਂ ਜਿਹੜੀਆਂ ਕਰਵਾ ਲਿਓ ਆਪਾਂ ਕਰਾ ਦਾਂਗੇ ਡਿਜ਼ਾਇਨਿੰਗ ਦਾ ਕੋਈ ਐਡਾ ਇਸ਼ੂ ਨਹੀਂ ਹੁੰਦਾ ਬਾਹਾਂ 'ਤੇ ਵੀ ਸਾਰੀ ਲੈਸ ਦੀ ਫਿਲਿੰਗ ਜਿਹੜੀ ਆ ਉਹ ਵੇਖ ਸਕਦੇ ਪਾਕਿਸਤਾਨੀ ਸਟਾਈਲ ਬਾਹਾਂ ਜਿਹੜੀਆਂ ਇੰਨੀਆਂ ਬਣੀਆਂ ਸੂਟ ਦੀਆਂ ਅਤੇ ਇਹ ਤੁਸੀਂ ਹਾਂ ਕੁਛ ਵੀ ਤੁਸੀਂ ਜਿੱਦਾਂ ਮਰਜ਼ੀ ਕਰਾ ਲਓ ਬਣ ਜਾਂਦੇ ਸੂਟ ਆਹ ਜਿਹੜਾ ਸੂਟ ਸੀਗਾ ਇਹ ਵੀ ਬੜਾ ਸਸਤਾ ਜਿਹਾ ਹੈਗਾ ਬਿਨਾਂ ਦੁਪੱਟੇ ਤੋਂ ਸੀਗਾ ਇਹ ਪਤਾ ਕਿੰਨੇ ਦਾ ਸੂਟ ਸੀਗਾ ਬਿਨਾਂ ਦੁਪੱਟੇ ਤੋਂ ਆਹ ਵਾਲਾ ਕੋਟਨ ਦਾ ਸੂਟ ਇਹ ਜਦੋਂ ਇਹਦੇ ਨਾਲ ਦੁਪੱਟਾ ਐਡ ਕਰ ਲਓਗੇ ਨਾ ਇਹੀ ਸੂਟ ਜਿਹੜਾ 1200 ਦੀ ਰੇਂਜ 'ਚ ਚੱਲ ਜਾਂਦਾ ਆ ਅਤੇ ਇਹ ਸੀਗਾ ਸਿਰਫ ਆਪਣੇ ਕੋਲ ਹੈਗਾ ਸੀਗਾ 450 ਰੁਪਈਏ 450 ਰੁਪਈਆਂ ਦਾ ਸੂਟ ਸੀਗਾ ਕੋਟਨ ਦਾ ਬਿਨਾਂ ਦੁਪੱਟੇ ਤੋਂ ਹੀ ਜੇ 450 ਰੁਪਈਆਂ ਸ਼ਿਪਿੰਗ ਫਰੀ ਨਵੇਂ ਨਵੇਂ ਡਿਜ਼ਾਇਨ ਜਿਹੜੇ ਆਉਂਦੇ ਰਹਿੰਦੇ ਆ ਅਤੇ ਉਹ ਨਵੀਆਂ ਡਿਜ਼ਾਇਨ ਦੀਆਂ ਵੀਡੀਓ ਸੂਟ ਜਿਹੜੇ ਵੇਖਣ ਲਈ ਤੁਸੀਂ ਮੇਰੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲਓ